إن تدعوهم لا يسمعوا دعاءكم إن تدعوهم لا يسمعوا دعاءكم او میرا پاک پیغمبر اپنی امت نو دسا دے ਭਾਵੇਂ ਇਹ ਮੌਲਵੀ ਪਿੱਟ ਪਿੱਟ ਕੇ ਮਰੇ ਵੰਜਨ ਮਗਰ ਇਹ ਮੋਇਆਂ ਨੂੰ ਸੁਣਾਵਣ ਦੀ ਤਾਕਤ ਬਿਲਕੁਲ ਨਹੀਂ ਰੱਖਦੇ ਆਸਮਾਨ ਤਰੁੱਟ ਕੇ ਥੱਲੇ ਠਹਿ ਤਾਂ ਸਕਦਾ ਹੈ ਜ਼ਮੀਨ ਵੀ ਫਟ ਸਕਦੀ ਹੈ ਮਗਰ ਮੇਰਾ ਪਾਕ ਪੈਗੰਬਰ ਲਾ ਯਸਮਾਉ ਦੁਆਅਕੁਮ ਇਹਨਾਂ ਨੂੰ ਦੱਸਦੇ ਸੁਣਨ ਦੀ ਤਾਕਤ ਬਿਲਕੁਲ ਨਹੀਂ ਰੱਖਦੇ ਤੇ ਜਿਹੜੇ ਆਦਨ ਇਹ ਸੁਣਦੇ ਪੈਣ ਅੱਲਾਹ ਤਾਲਾ ਇਹ ਮੌਲਵੀ ਨਹੀਂ ਪਿਆ ਫਤਵਾ ਲੈਂਦਾ ਇਹ ਮੈਂ ਫਤਵਾ ਨਹੀਂ ਪਿਆ ਲੈਂਦਾ ਇਹ ਅਲਾਮਾ ਅਹਿਮਦ ਸੈਦ ਖਾਨ ਪਿਆ ਨਹੀਂ ਫਤਵਾ ਲੈਂਦਾ ਬਲਕਿ ਅੱਲਾਹ ਦਾ ਕੁਰਾਨ ਪਿਆ ਆਦਾ ਹੈ ਵਯੌਮਲ ਕਿਆਮਤ ਯਕਫੁਰੂਨਾ ਬਿਸ਼ਰਕਿਕੁਮ ਜਿਨ੍ਹਾਂ ਨੇ ਮੰਨ ਲਿਆ ਕਿ ਜਨਾਬ ਅੱਲਾ ਦੇ ਕੁਰਾਨ ਦੇ ਫੈਸਲੇ ਨੂੰ ਮੰਨ ਲਿਆ ਕਿ ਮੁਰਦੇ ਨਹੀਂ ਸੁਣਦੇ ਉਹਨਾਂ ਦੇ ਉੱਤੇ ਤਾਂ ਅੱਲਾ ਦੀ ਖਾਸ ਰਹਿਮਤ ਆ ਗਈ ਤੇ ਜਿਨ੍ਹਾਂ ਨੇ ਇਸ ਅੱਲਾ ਦੇ ਦੱਸੇ ਹੋਏ ਕਾਨੂੰਨ ਨੂੰ ਮੰਨਿਆ ਨਹੀਂ ਅੱਲਾ ਦਾ ਕੁਰਾਨ ਕਿਹਾ ਦਾ ਯੌਮਲ ਕਿਆਮਤ ਯਕਫੁਰੂਨਾ ਬਿਸ਼ਰਕਿਕੁਮ ਉਹ ਮੌਲਵੀ ਸਡਾਵੇ ਤਾਂ ਵੀ ਮੁਸ਼ਰਕ ਉਹ ਕਾਦਰੀ ਸਡਾਵੇ ਤਾਂ ਵੀ ਉਹਦੇ ਵਾਸਤੇ ਉਹ ਫਤਵਾ ਹੈ ਜਿਹੜਾ ਆਮ ਬੰਦੇ ਵਾਸਤੇ ਫਤਵਾ ਅੱਲਾ ਤਾਲਾ ਨੇ ਲਾਇਆ ਹੈ ਉਹ ਭਾਵੇਂ ਮੌਲਵੀ ਹੋਵੇ ਜਾਂ ਗੱਦੀ ਨਸ਼ੀਨ ਹੋਵੇ ਉਹ ਭਾਵੇਂ ਆਪਣੇ ਆਪ ਨੂੰ ਨਕਸ਼ਬੰਦੀ ਤੇ ਸੋਰ ਵਰਦੀ ਸਡਾਵਣ ਵਾਲਾ ਹੋਵੇ ਭਾਵੇਂ ਉਹ ਆਪਣੇ ਆਪ ਨੂੰ ਅਲਾਮਾ ਸਡਾਵਣ ਵਾਲਾ ਹੋਵੇ ਭਾਵੇਂ ਉਹ ਆਪਣੇ ਆਪ ਨੂੰ ਬਹੁਤ ਵੱਡਾ ਆਲਮ ਵੀ ਕਿਉਂ ਨਾ ਸਡਾਵਣ ਵਾਲਾ ਹੋਵੇ ਅੱਲਾ ਦੇ ਕੁਰਾਨ ਨੇ ਹਰ ਕਿਸੇ ਵਾਸਤੇ ਇੱਕ ਮੁਤਲਕ ਮਸਲਾ ਬਿਆਨ ਕਰ ਦਿੱਤਾ ਹੈ ਇਹ ਕਿਸੇ ਮੌਲਵੀ ਵਾਸਤੇ ਨਹੀਂ ਹੈ ਇਹ ਇਖਤਲਾਫੀ ਮਸਲਾ ਨਹੀਂ ਹੈ ਇਹ ਨਹੀਂ ਜਨਾਬ ਇਹ ਤਾਂ ਮੌਲਵੀਆਂ ਦੇ ਹੱਲ ਕਰਨ ਦਾ ਮਸਲਾ ਹੈ ਤੁਹਾਨੂੰ ਇਹਦੇ ਵਿੱਚ ਪਵਣ ਦੀ ਜ਼ਰੂਰਤ ਨਹੀਂ ਹੈ ਅੱਲਾ ਦਾ ਕੁਰਾਨ ਪਿਆਦ ਹੈ ਵਯੌਮਲ ਕਿਆਮਤ ਯਕਫੁਰੂਨਾ ਬਿਸ਼ਰਕਿਕੁਮ ਉਹ ਭਾਵੇਂ ਮੌਲਵੀ ਹੋਵੇ ਉਹ ਭਾਵੇਂ ਗੱਦੀ ਨਸ਼ੀਨ ਹੋਵੇ ਉਹ ਭਾਵੇਂ ਅਲਾਮਾ ਜਾਂ ਫਹਾਮਾ ਹੋਵੇ ਜਾਂ ਸ਼ੈਖੁਲ ਇਸਲਾਮ ਸਡਾਵਣ ਵਾਲਾ ਹੋਵੇ ਅੱਲਾ ਤਾਲਾ ਫਰਮਾਉਂਦਾ ਹੈ ਪੱਕਾ ਮੁਸ਼ਰਕੀ ਨੇ ਪਿੱਟ ਪਿੱਟ ਕੇ ਮਰ ਤਾਂ ਸਕਦਾ ਹੈ ਪਿੱਟ ਪਿੱਟ ਕੇ ਉਹ ਖੱਪ ਤੇ ਤਬਾਹ ਤਾਂ ਹੋ ਸਕਦਾ ਹੈ ਮੇਰਾ ਪਾਕ ਪੈਗੰਬਰ ਉਹ ਆਪਣਾ ਮੱਥਾ ਘਸਾ ਘਸਾ ਕੇ ਤੇ ਮਰ ਤਾਂ ਸਕਦਾ ਹੈ ਮਗਰ ਮੋਇਆਂ ਨੂੰ ਸੁਣਾਵਣ ਦੀ ਤਾਕਤ ਬਿਲਕੁਲ ਨਹੀਂ ਰੱਖ ਸਕਦਾ ਅੱਲਾ ਤਾਲਾ ਅਮਲ ਕਰਨ ਦੀ ਤੌਫੀਕ ਅਤਾ ਫਰਮਾਏ ਵਾਲੇ ਸਾਹਿਬ ਤਸ਼ਰੀਫ ਲੈ ਆਏ ਚੋਣ।